ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ। ਆਪਣੇ ਪਹਿਲੇ ਦੋ ਵਿਸ਼ੇ ਸੀਗੇ ਪਿਛਲੇ ਫੀਡ ਫਾਰਮੂਲੇ ਬਾਰੇ ਅਤੇ ਫੀਡ ਫਾਰਮੂਲੇ ਦੀ ਸੈਟਿੰਗ ਬਾਰੇ। ਬੜਾ ਜ਼ਰੂਰੀ ਵਿਸ਼ਾ ਤੱਤਾਂ ਦੀ ਘਾਟ ਬਾਰੇ, ਤੱਤਾਂ ਦੀ ਘਾਟ ਦੀ ਸੈਟਿੰਗ ਕਿਵੇਂ ਹੋਣੀ ਚਾਹੀਦੀ ਹੈ, ਪੂਰਤੀ ਕਿਵੇਂ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਜੇ ਅਸੀਂ ਮਿਨਰਲ ਮਿਕਸਚਰ ਸਹੀ ਕਰ ਲਿਆ ਤਾਂ ਸਾਰਾ ਕੁਝ ਸਹੀ ਹੋ ਜਾਣਾ, ਸਾਰੇ ਤੱਤਾਂ ਦੀ ਪੂਰਤੀ ਹੋ ਜਾਣੀ ਹੈ। ਇੱਦਾਂ ਨਹੀਂ ਹੁੰਦਾ ਹੈਗਾ, ਸਾਨੂੰ ਇਹ ਲੱਗਦਾ ਮਿਨਰਲ ਮਿਕਸਚਰ ਬਹੁਤ ਜ਼ਰੂਰੀ ਅੰਗ ਹੈ, ਪਰ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਵੀ ਮਸਲਾ ਕਿੱਥੇ ਹੈ। ਦੋ ਵੱਡੇ ਮਸਲੇ ਆ ਜਿਨ੍ਹਾਂ ਪਰ ਧਿਆਨ ਦੇਣ ਦੀ ਲੋੜ ਹੈ। ਪਹਿਲਾ ਮਸਲਾ ਹੈਗਾ ਪੇਟ ਦਾ ਤੇਜ਼ਾਬੀਪਣ। ਪੇਟ ਦਾ ਤੇਜ਼ਾਬੀਪਣ ਤੁਹਾਡਾ ਮਾੜੀ ਕੁਆਲਿਟੀ ਦੇ ਅਚਾਰ ਕਰਕੇ ਹੋ ਸਕਦਾ, ਗਿੱਲੇ ਦਾਣੇ ਕਰਕੇ ਹੋ ਸਕਦਾ, ਹਰਾ ਚਾਰਾ ਨਹੀਂ ਪਾ ਰਹੇ ਤਾਂ ਹੋ ਸਕਦਾ, ਤੂੜੀ ਮਾੜੀ ਹੈ ਤਾਂ ਹੋ ਸਕਦਾ, ਪਾਣੀ ਦੀ ਕੁਆਲਿਟੀ ਮਾੜੀ ਹੈ, TDS ਜ਼ਿਆਦਾ ਪਾਣੀ ਦੇ ਵਿੱਚ, ਜਿਵੇਂ ਆਪਣੇ ਖਾਸ ਕਰਕੇ ਮਾਨਸਾ ਏਰੀਆ ਹੈਗਾ ਬਹੁਤ ਜ਼ਿਆਦਾ ਉੱਥੇ ਪ੍ਰੋਬਲਮ ਹੈ, ਬਠਿੰਡੇ ਇਲਾਕੇ 'ਚ ਵੀ ਕਾਫੀ ਜ਼ਿਆਦਾ ਪ੍ਰੋਬਲਮ ਹੈ, ਪਾਣੀ ਦਾ TDS ਬਹੁਤ ਜ਼ਿਆਦਾ ਹੁੰਦਾ। ਜਿੱਥੇ ਨਹਿਰੀ ਪਾਣੀ ਹੈ ਉੱਥੇ ਪ੍ਰੋਬਲਮ ਬਹੁਤ ਘੱਟ ਹੋਊ, ਕਿਉਂ ਨਹਿਰੀ ਪਾਣੀ ਦਾ TDS ਅਕਸਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ। ਪਹਿਲਾ ਕਾਰਨ ਤਾਂ ਇਹ ਹੈ, ਤੇਜ਼ਾਬੀਪਣ ਹੈ। ਦੂਜਾ ਕਾਰਨ ਕੀ ਹੈ ਵੀ ਤੇਜ਼ਾਬੀਪਣ ਉੱਥੇ ਵੀ ਬਹੁਤ ਜ਼ਿਆਦਾ ਆਉਂਦਾ ਹੈ, ਜਿਵੇਂ ਮੱਝਾਂ ਵਾਲੇ ਵੀਰ ਨੇ ਜਿਨ੍ਹਾਂ ਨੇ ਹਰਾ ਚਾਰਾ ਪਾਉਣਾ ਹੀ ਨਹੀਂ, ਤੂੜੀ ਦੇ ਵਿੱਚ ਦਾਣਾ ਰਲਾ ਕੇ ਪਾਣੀ ਦੀ ਖੇਲ 'ਚ ਭਿਉਂ ਦੇਣਾ ਹੈਗਾ ਅਤੇ ਉਹ ਚੱਕ ਕੇ ਪਾ ਦੇਣਾ, ਅਤੇ ਮਾੜਾ ਮੋਟਾ ਜੇ ਕੋਈ 2-4 ਕਿਲੋ ਹਰਾ ਚਾਰਾ ਮਿਲ ਗਿਆ ਤਾਂ ਪਾ ਦੇਣਾ, ਨਹੀਂ ਤਾਂ ਨਹੀਂ ਪਾਉਣਾ। ਤੀਜਾ ਕਾਰਨ ਜਿਹੜਾ ਬਹੁਤ ਵੱਡਾ ਹੈਗਾ, ਉਹਦੇ ਵੱਲ ਧਿਆਨ ਦੇਣ ਦੀ ਲੋੜ, ਉਹ ਹੈਗਾ ਮਾੜੀ ਕੁਆਲਿਟੀ ਦੀ ਫੀਡ। ਫੀਡ ਮਾੜੀ ਕੁਆਲਿਟੀ ਦੀ ਅਕਸਰ ਕੰਪਨੀਆਂ ਵਾਲੀ ਨਹੀਂ ਹੁੰਦੀ। ਕੰਪਨੀਆਂ ਖਾਸ ਕਰਕੇ ਪੰਜਾਬ ਦੀਆਂ ਬਹੁਤੀਆਂ ਵੱਡੀਆਂ ਕੰਪਨੀਆਂ ਬਹੁਤ ਵਧੀਆ ਫੀਡ ਬਣਾ ਰਹੀਆਂ, ਮੈਂ ਤੁਹਾਨੂੰ ਬੜੀ ਗਰੰਟੀ ਨਾਲ ਕਹਿ ਰਿਹਾ, ਕੋਈ ਇਹ 'ਚ ਪੱਖਪਾਤੀ ਰਵੱਈਆ ਨਹੀਂ ਹੈਗਾ, ਪਰ ਮੈਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ ਪਲਾਂਟ ਆਪ ਦੇਖੇ, ਆਪ ਮੈਂ ਚੈੱਕ ਕੀਤਾ, ਗੜਬੜ ਕਿੱਥੇ ਹੁੰਦੀ ਹੈ, ਜਿਹੜੇ ਬਹੁਤ ਸਾਰੇ ਲੋਕ ਜਦੋਂ ਅਸੀਂ ਕੁਆਲਿਟੀ 'ਤੇ ਸਮਝੌਤਾ ਕਰਦੇ ਹਾਂ, ਜਦੋਂ ਅਸੀਂ ਉਧਾਰ ਫੀਡ ਲੈਂਦੇ ਹਾਂ, ਜਦੋਂ ਅਸੀਂ ਸਸਤੀ ਫੀਡ ਲੈਂਦੇ ਹਾਂ, ਜਾਂ ਅਸੀਂ ਜਦੋਂ ਆਪ ਫੀਡ ਬਣਾਉਣ ਲੱਗੇ ਵੀ ਸਸਤੀ ਫੀਡ ਪਾਲਦੇ ਹਾਂ। ਸਸਤੀ ਫੀਡ ਪਾਉਣ ਲੱਗੇ ਕੀ ਹੈ, ਮੰਨ ਲਓ DOC ਜ਼ਿਆਦਾ ਪਾਲਿਆ, DDGS ਜ਼ਿਆਦਾ ਪਾਲਿਆ, ਮੱਕੀ ਮਾੜੀ ਕੁਆਲਿਟੀ ਦੀ ਪਾਲੀ, ਸੋ ਇਹ ਕੀ ਹੈ, ਚਣਾ ਚੂਰੀ ਹੈ, ਦਾਲ ਚੂਰੀ ਜ਼ਿਆਦਾ ਪਾਲੀ, ਹੈ ਨਾ, ਸੋ ਅੱਗੇ ਬਿਸਕੁਟਾਂ ਦਾ ਵੇਸਟ ਆ ਜਾਣਾ ਦਿਵਾਲੀ ਤੋਂ ਬਾਅਦ, ਉਹ ਜ਼ਿਆਦਾ ਪਾਲਿਆ, ਅਤੇ ਰਾਈਸ ਪੋਲਿਸ਼ ਜ਼ਿਆਦਾ ਪਾਲੀ ਕਈ ਵਾਰ ਤੇਲ ਦੇ ਲਾਲਚ ਨੂੰ, ਹੈ ਨਾ, ਬੜੇਵੇ ਬਹੁਤ ਜ਼ਿਆਦਾ ਪਾਲੇ, ਬੜੇਵੇ ਜ਼ਿਆਦਾ ਪਾਉਣ ਨਾਲ ਵੀ ਕੀ ਹੁੰਦਾ, ਉਹ 'ਚ ਇੱਕ ਜ਼ਹਿਰੀਲਾ ਤੱਤ ਹੁੰਦਾ ਗੋਸੀਪੋਲ, ਉਹ ਬੜਾ ਨੁਕਸਾਨ ਕਰਦਾ। ਇਹ ਸਾਰੀਆਂ ਚੀਜ਼ਾਂ ਨਾਲ ਕੀ ਹੁੰਦਾ ਵੀ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਵੱਧ ਜਾਂਦੇ ਆ, ਮਾਈਕੋਟੋਕਸਿਨ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਔਰ ਮਾਈਕੋਟੋਕਸਿਨ ਜ਼ਿਆਦਾ ਵਧਣ ਨਾਲ ਅਤੇ ਤੇਜ਼ਾਬੀਪਣ ਨਾਲ ਪੇਟ 'ਚ ਅੰਦਰੂਨੀ ਜ਼ਹਿਰੀਲੇ ਤੱਤ ਬਣਦੇ ਆ, ਜਿਨ੍ਹਾਂ ਨੂੰ ਐਂਡੋਟੋਕਸਿਨ ਕਹਿ ਦਿੰਦੇ ਆ, ਜਿਹਦੇ ਕਰਕੇ ਇੱਕ ਬਿਮਾਰੀ ਹੁੰਦੀ ਹੈ ਲੀਕੀ ਗੱਟ। ਲੀਕੀ ਗੱਟ ਦੇ ਵਿੱਚ ਕੀ ਹੁੰਦਾ ਵੀ ਉਹਦੇ ਵਿੱਚ ਪਸ਼ੂ ਦੇ ਜੋ ਮਰਜ਼ੀ ਖਵਾ ਲਓ ਤੁਸੀਂ ਹਜ਼ਮ ਹੋਣਾ ਹੀ ਨਹੀਂ ਹੈਗਾ। ਚੰਗੀਆਂ ਗਾਵਾਂ ਮੱਝਾਂ 'ਚ ਆਮ ਹੈ, ਇਹਦੇ ਵਿੱਚ ਕੀ ਹੁੰਦਾ ਕਈ ਵਾਰੀ ਲਿਵਰ ਅਬਸੈਸ ਜਾਂ ਜਿਗਰ ਦਾ ਫੋੜਾ ਹੋ ਜਾਂਦਾ, ਉਹ ਬੜਾ ਖਤਰਨਾਕ ਹੈ। ਉਹ 'ਚ ਪਸ਼ੂ ਦੀ ਖੁਰਾਕ ਜਿੰਨੀ ਮਰਜ਼ੀ ਵਧੀਆ ਹੋਵੇ, ਦੁੱਧ ਵਧੀਆ ਨਹੀਂ ਹੁੰਦਾ, ਫੈਟ ਵਧੀਆ ਨਹੀਂ ਹੁੰਦੀ, SNF ਵਧੀਆ ਨਹੀਂ ਹੁੰਦੀ, ਪਸ਼ੂ 'ਚ ਘਾਟਾਂ ਤੱਤਾਂ ਦੀ ਘਾਟ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ। ਸੋ ਦੇਖੋ ਹੱਲ ਕੀ ਹੈ, ਹੱਲ ਪਹਿਲਾ ਹੱਲ ਤਾਂ ਇਹ, ਅਸੀਂ ਪਸ਼ੂ ਨੂੰ ਤੇਜ਼ਾਬੀਪਣ ਤੋਂ ਬਚਾਈਏ, ਬਹੁਤ ਜ਼ਿਆਦਾ ਜ਼ਰੂਰੀ ਹੈ ਇਹ, ਦਾਣਾ ਚਾਰਾ ਪੱਠੇ ਰਲਾ ਕੇ ਪਾਈਏ,
ਅਚਾਰ ਦੀ ਕੁਆਲਿਟੀ ਵੱਲ ਧਿਆਨ ਦੇਈਏ। ਪਾਣੀ ਦੀ ਜਿਹੜੀ ਹੈਗੀ ਖੇਲ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਪਾਣੀ ਦੀ ਖੇਲ 'ਚ ਸਿੱਧੀ ਧੁੱਪਣਾ ਪਵੇ, ਉੱਤੇ ਟੀਨ ਦੀ ਚਾਦਰ ਵਗੈਰਾ ਪਾਓ ਜ਼ਰੂਰ। ਔਰ ਪਾਣੀ ਦੀ ਖੇਲ ਨੂੰ ਹਰ ਹਫ਼ਤੇ ਜਿਹੜਾ ਤਾਰਾਂ ਵਾਲਾ ਬੁਰਸ਼ ਹੁੰਦਾ, ਜਿਹੜਾ ਆਪਾਂ ਲੈਂਟਰ ਪਾਉਣ ਲੱਗੇ ਵਰਤਦੇ ਹਾਂ, ਉਹਦੇ ਨਾਲ ਚੰਗੀ ਤਰ੍ਹਾਂ ਸਫਾਈ ਕਰਕੇ ਰਗੜੋ ਅਤੇ ਉਹਨੂੰ ਖਾਲੀ ਕਰਕੇ ਧੁੱਪ ਲਵਾਓ। ਇਕੱਲਾ ਚੂਨਾ ਪਾਉਣ ਨਾਲ ਮਸਲਾ ਨਹੀਂ ਹੱਲ ਹੋਣਾ ਵੀ ਖੇਲ 'ਚ ਚੂਨਾ ਪਾਤਾ। ਦੂਜੀ ਗੱਲ ਕੀ ਹੈ ਵੀ ਜਦੋਂ ਵੀ ਫੀਡ ਬਣਾਉਂਦੇ ਹੋ ਤਾਂ ਜਿਹੜਾ ਉਹ 'ਚ ਸਮਾਨ ਹੈ, ਫਾਰਮੂਲਾ ਕਿਹੜਾ ਵਧੀਆ ਜਿਹ 'ਚ ਸਮਾਨ ਵਧੀਆ ਪਊਗਾ। ਮੱਕੀ ਦਾ ਖਾਸ ਕਰਕੇ ਧਿਆਨ ਰੱਖੋ, ਮੱਕੀ ਦੇ ਰੇਟ ਵੱਧ ਗਏ ਬਹੁਤ ਤੇਜ਼ੀ ਨਾਲ, ਔਰ ਮੱਕੀ ਦੀ ਕੁਆਲਿਟੀ 'ਚ ਬਹੁਤ ਪ੍ਰੋਬਲਮ ਹੋ ਸਕਦੀ ਹੈ। ਮੱਕੀ ਕਦੇ ਦਲੀ ਦਲਾਈ ਨਾ ਲਓ, ਮੱਕੀ ਆਪਣੇ ਸਾਹਮਣੇ ਦਿਲਾਓ। DOC ਰਾਈਸ ਪੋਲਿਸ਼ ਹੋ ਗਿਆ, ਚਣਾ ਚੂਰੀ, ਦਾਲ ਚੂਰੀ, ਛੋਲਿਆਂ ਦਾ ਛਿਲਕਾ, ਬਿਸਕੁਟਾਂ ਦਾ ਵੇਸਟ, ਹਰ ਚੀਜ਼ ਦੇਖ ਲਓ ਸਾਫ਼ ਸੁਥਰੀ ਹੋਵੇ, ਜਾਲਾ ਉੱਲੀ ਸੁਸਰੀ ਨਾ ਲੱਗੀ ਹੋਵੇ, ਨਹੀਂ ਸਮੱਸਿਆ ਹੱਲ ਹੋਣੀ, ਤੱਤਾਂ ਦੀ ਘਾਟ ਦੀ ਪੂਰਤੀ ਨਹੀਂ ਹੋਣੀ ਹੈਗੀ। ਔਰ ਅਗਲੀ ਚੀਜ਼ ਜਿਹੜੀ ਬਹੁਤ ਜ਼ਰੂਰੀ ਕੀ ਹੈ ਵੀ ਗੋਹਾ ਜਿਹੜਾ ਹੈਗਾ ਪਸ਼ੂ ਦਾ, ਉਹ 'ਚ 2 ਇੰਚ ਦਾ ਟੋਆ ਪੈਂਦਾ ਹੋਵੇ, ਸੈਂਟਰ ਦੇ ਵਿੱਚ 2 ਇੰਚ ਦਾ ਟੋਆ ਪੈਂਦਾ ਹੋਵੇ। ਜੋ ਗੋਹਾ ਪਤਲਾ ਹੈ, ਖਿਲਰਦਾ ਜ਼ਿਆਦਾ ਹੈ, ਗੋਹੇ ਦੇ ਵਿੱਚ ਜਾਲਾ ਬਹੁਤ ਜ਼ਿਆਦਾ ਆਉਂਦਾ ਹੈ, ਗਾਵਾਂ ਦੇ ਪੈਰ ਬਹੁਤ ਸਲਿੱਪ ਕਰਦੇ ਆ, ਜਾਂ ਮੱਝਾਂ ਦੇ ਪੈਰ ਸਲਿੱਪ ਕਰਦੇ ਆ, ਜਾਂ ਪੈਰ ਖਰਾਬ ਬਹੁਤ ਜ਼ਿਆਦਾ ਹੁੰਦੇ ਹੈ, ਜਾਂ ਫਿਰ ਬੰਦਿਆਂ ਦੇ ਪੈਰ ਬਹੁਤ ਤਿਲਕਦੇ ਆ ਫਾਰਮ 'ਤੇ, ਵਾਰ ਵਾਰ ਮੈਸਟਾਈਟਸ ਦੀ ਸਮੱਸਿਆ ਆਉਂਦੀ ਹੈ, ਦੁੱਧ ਪਤੀਲੇ ਨਾਲ ਲੱਗਦਾ, ਫੈਟ ਐਸਨ ਹੈ ਬਹੁਤ ਜ਼ਿਆਦਾ ਘੱਟਦੀ ਵੱਧਦੀ ਰਹਿੰਦੀ ਹੈ, ਤਾਂ ਇਹ ਤੱਤਾਂ ਦੀ ਘਾਟ ਦੀ ਜੜ ਤੋਂ ਬਿਮਾਰੀ ਹੈ। ਮਿਨਰਲ ਬਦਲਣਾ ਮਸਲਾ ਨਹੀਂ ਹੱਲ ਹੋਣਾ ਹੈਗਾ, ਤੁਹਾਨੂੰ ਇੱਥੇ ਠੀਕ ਠਾਕ ਮਿਨਰਲ ਵੀ ਵਧੀਆ ਰਿਜ਼ਲਟ ਦੇ ਸਕਦਾ ਜੇ ਤੁਸੀਂ ਪੇਟ ਦਾ ਤੇਜ਼ਾਬੀਪਣ, ਉੱਲੀ ਰੋਗਾਂ ਦਾ ਜਿਹੜਾ ਹੈਗਾ ਜ਼ਹਿਰਵਾਦ, ਇਹ 2 ਚੀਜ਼ਾਂ ਕੰਟਰੋਲ ਕਰ ਲਓ। ਇਹ ਦੋਨੇ ਚੀਜ਼ਾਂ ਵੱਲ ਧਿਆਨ ਦਿਓ, ਬਹੁਤ ਸਾਰੇ ਤੁਹਾਡੇ ਤੱਤ ਜਿਹੜੇ ਹੈਗੇ ਤੁਸੀਂ ਪਾ ਰਹੇ ਹੋ ਉਹ ਗੋਹੇ 'ਚ ਜਾ ਰਹੇ ਹੈ। ਜਿੱਥੇ ਵੀ ਤੁਸੀਂ ਦੇਖ ਲਓਗੇ ਵੀ ਗੋਹੇ 'ਤੇ ਮੱਖੀਆਂ ਬਹੁਤ ਜ਼ਿਆਦਾ ਆਉਂਦੀਆਂ, ਉੱਥੇ ਮੱਖੀਆਂ ਨਹੀਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਆਉਣਗੀਆਂ। ਦੇਖੋ ਇਹ ਮਸਲਾ ਜਿਹੜਾ ਹੈਗਾ ਬਹੁਤ ਗੰਭੀਰ ਹੈ, ਇਹਦੇ ਬਾਰੇ ਆਪਾਂ ਅੱਗੇ ਵੀ ਗੱਲ ਕਰਾਂਗੇ। ਅਚਾਰ ਵਾਲੇ ਵੀਰ ਜਿਹੜੇ ਹੈਗੇ ਉਹਨਾਂ ਵਾਸਤੇ ਇੱਕ ਬੜੀ ਜ਼ਰੂਰੀ ਗੱਲ ਹੈ, ਵੈਸੇ ਬਹੁਤ ਸਾਰੇ ਲੋਕ ਜਾਣਦੇ ਵੀ ਅਚਾਰ ਦੇ ਵਿੱਚ ਸਾਡੇ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ। ਸੋ ਅਚਾਰ ਵਾਲੇ ਵੀਰ ਜਿਹੜੇ ਮੇਨ ਵਿਟਾਮਿਨ ਨੇ, ਵਿਟਾਮਿਨ ਏ ਹੈ, ਡੀ ਹੈ, ਈ ਹੈ ਅਤੇ ਬੀ ਹੈ, ਇਹ 4 ਵਿਟਾਮਿਨ ਜਿਹੜੇ ਹੈਗੇ ਉਹ ਆਪਣੀ ਫੀਡ ਦੇ ਵਿੱਚ ਸਿੱਧੇ ਪਾਉਣੇ ਜ਼ਰੂਰ ਯਕੀਨੀ ਬਣਾਉਣ। ਉਹਦੇ ਵਾਸਤੇ ਵਿਟਾਮਿਨ ਪ੍ਰੀਮਿਕਸ ਆਉਂਦਾ ਚੰਗੀਆਂ ਕੰਪਨੀਆਂ ਦਾ, ਹਰੇ ਚਾਰੇ ਵਾਲਿਆਂ ਨੂੰ ਸਮੱਸਿਆ ਨਹੀਂ ਆਉਂਦੀ, ਪਰ ਜਿੱਥੇ ਪੇਟ ਦਾ ਤੇਜ਼ਾਬੀ ਪੈਣਾ ਉੱਥੇ ਸਭ ਨੂੰ ਸਮੱਸਿਆ ਆਊਗੀ। ਬਾਕੀ ਦੇਖੋ ਇਹ ਮਸਲੇ ਜਿਹੜੇ ਹੈਗੇ, ਹੁਣ ਸਰਦੀ ਆ ਗਈ, ਦੁੱਧ ਵਧਣਾ, ਫੀਡ ਵੀ ਪਸ਼ੂਆਂ ਨੇ ਜ਼ਿਆਦਾ ਖਾਣੀ, ਅਤੇ ਮਸਲੇ ਹੋਰ ਵੀ ਗੰਭੀਰ ਹੋਣੇ, ਤੱਤਾਂ ਦੀ ਘਾਟ ਹੋਰ ਵਧਣੀ ਹੈ, ਕਿਉਂਕਿ ਅੱਗੇ ਅਸੀਂ ਪਸ਼ੂਆਂ ਦਾ ਸੂਆ ਪੈਣਾ, ਪਸ਼ੂਆਂ ਨੂੰ ਗੱਭਣ ਕਰਾਉਣਾ, ਮਿਸਟਰਾਈਟਸ ਰਿਪੀਟ ਬੀਡਿੰਗ ਆਉਣੀ ਹੈ। ਸੋ ਇਹ ਖੁਰਾਕੀ ਮਸਲੇ ਹੈ, ਖੁਰਾਕ ਸਹੀ ਕਰੀਏ, ਮਹਿੰਗੇ ਮਿਨਰਲ ਮਿਕਸਚਰਾਂ ਨਾਲ ਮਸਲੇ ਨਹੀਂ ਹੱਲ ਹੋਣੇ, ਪੇਟ ਸਹੀ ਕਰਨਾ ਪੈਣਾ, ਪੇਟ ਬਿਮਾਰੀਆਂ ਦੀ ਜੜ ਹੈ, ਮਸਲਾ ਖੁਰਾਕੀ ਹੈ, ਅਤੇ ਖੁਰਾਕੀ ਮਸਲੇ ਜਿਹੜੇ ਹੈਗੇ ਜਿਵੇਂ ਆਪਾਂ ਹਰ ਵਾਰ ਕਹਿੰਦੇ ਹਾਂ ਵੀ ਖੁਰਾਕ ਨਾਲ ਹੀ ਹੱਲ ਹੋਣੇ ਹੈ, ਦਵਾਈਆਂ ਨਾਲ ਨਹੀਂ। ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।